ਸਾਰਿਆਂ ਨੂੰ ਪਿਆਰ ਭਰੀ ਨਮਸਕਾਰ। ਇਸ ਟਾਈਮ ਮੈਂ ਬਾਰਾਂਦਰੀ ਗਾਰਡਨਸ ਦੇ ਵਿੱਚ, ਇਸ ਜਗ੍ਹਾ ਦਾ ਨਾਂ ਹੈ ਫਰਨ ਹਾਊਸ। ਫਰਨ ਹਾਊਸ ਬਾਰੇ ਮੈਂ ਤੁਹਾਨੂੰ ਕੁਝ ਨੌਲੇਜ ਸ਼ੇਅਰ ਕਰਨਾ ਚਾਹੁੰਦਾ। ਫਰਨ ਹਾਊਸ ਮਹਾਰਾਜਾ ਰਜਿੰਦਰ ਸਿੰਘ ਨੇ 19ਵੀਂ ਸਦੀ ਦੇ ਅਖੀਰਲੇ ਸਾਲ 1876 ਤੋਂ 1900 ਵਿੱਚ ਬੋਟੈਨੀਕਲ ਗਾਰਡਨ ਕਲਕੱਤਾ ਵਿਖੇ ਫਾਰਨ ਹਾਊਸ ਦੇ ਪੈਟਰਨ 'ਤੇ ਬਣਵਾਇਆ। ਇਹ ਸਾਰੀ ਇਮਾਰਤ 96 ਛੋਟੇ ਅਤੇ ਵੱਡੇ ਖੰਭਿਆਂ ਦੇ ਮਗਰੇ ਜਾਲੀ ਲਾ ਕੇ 3.5 ਫੁੱਟ ਉੱਚੀ ਦੀਵਾਰ 'ਤੇ ਬਣਾਈ ਗਈ ਹੈ। ਇਸ ਦੇ ਅੰਦਰਲੇ ਪਾਸੇ ਖੰਗਰੀ ਪੱਥਰਾਂ ਦੀ ਵਰਤੋਂ ਬਹੁਤ ਹੀ ਸੁੰਦਰ ਢੰਗ ਨਾਲ ਕੀਤੀ ਗਈ ਹੈ। 54 ਫੁਆਰੇ ਅਤੇ 32 ਝਾੜੀਆਂ ਵਿੱਚੋਂ ਜਦ ਪਾਣੀ ਚੱਲਦਾ ਹੈ ਤਾਂ ਇੰਝ ਜਾਪਦਾ ਹੈ ਕਿ ਬਰਸਾਤ ਪੈ ਰਹੀ ਹੈ। ਇਸ ਵਿੱਚ ਚੂਨੇ ਦੇ ਬਣੇ ਰਾਹ ਬਹੁਤ ਹੀ ਸੁਚੇਜੇ ਢੰਗ ਨਾਲ ਬਣਾਏ ਗਏ ਹਨ ਅਤੇ ਹਰ ਤਰ੍ਹਾਂ ਦੇ ਬੂਟੇ ਅਤੇ ਫੁੱਲਾਂ ਆਦਿ ਨੂੰ ਅਜਿਹੇ ਸੁੰਦਰ ਢੰਗਾਂ ਨਾਲ ਲਿਆਉਣ ਕਰਕੇ ਲਾਇਆ ਗਿਆ ਹੈ। ਉਹ ਇੱਥੇ ਆਉਣ ਵਾਲੇ ਹਰ ਪ੍ਰਾਣੀ ਦਾ ਮਨ ਮੋਹ ਲੈਂਦੇ ਹਨ। ਵੱਲੋਂ ਬਾਗਵਾਨੀ ਵਿਭਾਗ ਪੰਜਾਬ ਪਟਿਆਲਾ। ਹੁਣ ਮੈਂ ਤੁਹਾਨੂੰ ਬਾਰਾਂਦਰੀ ਦੇ ਇੱਕ ਹੋਰ ਦੂਸਰੇ ਕੋਨੇ ਵਿੱਚ ਲੈ ਕੇ ਆਇਆ। ਇਹ ਜਗ੍ਹਾ ਹੈ, ਮਹਾਰਾਜਾ ਕਰਮ ਸਿੰਘ ਦਾ ਸਟੈਚੂ ਹੈ। 1791 ਤੋਂ ਲੈ ਕੇ 1845 ਈਸਵੀ ਤੱਕ ਇਹ ਮਹਾਰਾਜਾ ਕਰਮ ਸਿੰਘ ਦਾ ਜਨਮ 1791 ਈਸਵੀ ਵਿੱਚ ਮਹਾਰਾਜਾ ਸਾਹਿਬ ਸਿੰਘ ਅਤੇ ਮਹਾਰਾਣੀ ਆਸ ਕੌਰ ਦੇ ਘਰ ਹੋਇਆ। ਇਹ ਪਟਿਆਲਾ ਸਟੇਟ ਦੇ ਚੌਥੇ ਸ਼ਾਸਕ ਸਨ। ਇਹਨਾਂ ਨੇ 30 ਜੂਨ 1813 ਈਸਵੀ ਤੋਂ 23 ਦਸੰਬਰ 1845 ਈਸਵੀ ਤੱਕ ਰਾਜ ਕੀਤਾ। ਮਹਾਰਾਜਾ ਸਾਹਿਬ ਨੇ 1837 ਈਸਵੀ ਵਿੱਚ ਸੈਫਾਬਾਦ ਵਿਖੇ ਇੱਕ ਪੱਕਾ ਕਿਲ੍ਹਾ ਬਣਾਉਣ ਦੀ ਬੁਨਿਆਦ ਰੱਖੀ। ਇਸ ਕਿਲ੍ਹੇ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਉੱਤੇ ਬਹਾਦਰਗੜ੍ਹ ਰੱਖਿਆ ਗਿਆ।